ਸਾਰੇ ਵੀਰਾਂ ਨੂੰ ਅੱਜ ਦੀ ਅਸੀਂ ਵੀਡੀਓ ਵਿੱਚ ਤੁਹਾਨੂੰ ਤਰਸੇਮ ਜੱਸੜ ਸਟਾਈਲ ਪੱਗ ਬੰਨ੍ਹ ਕੇ ਦਿਖਾਵਾਂਗੇ ਜਿਹੜੀ ਕਿ ਉਹਨਾਂ ਨੇ 13-13 ਗਾਣੇ ਦੇ ਵਿੱਚ ਬੰਨ੍ਹੀ ਸੀ। ਇਸ ਪੱਗ ਵਾਸਤੇ ਨਾ ਤਾਂ ਅਸੀਂ ਬੇਸ ਦੀ ਵਰਤੋਂ ਕਰਾਂਗੇ ਅਤੇ ਨਾ ਹੀ 50 ਦੀ ਵਰਤੋਂ ਕਰਾਂਗੇ, ਸਿਰਫ ਸਿਰ ਦੇ ਉੱਤੇ ਜਿਹੜੀ ਇਹ ਪੱਗ ਵੱਜੇਗੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਦੋ ਕਿਨਾਰੇ ਹੁੰਦੇ ਨੇ ਪੱਗ ਦੇ, ਉਹ ਬਾਹਰ ਵਾਲਾ ਕਿਨਾਰਾ ਜੋ ਹੈ ਉਸਨੂੰ ਪੂਰੀ ਤਰ੍ਹਾਂ ਬਾਹਰ ਕੱਢ ਕੇ ਉਸਦੇ ਉੱਪਰ ਵੱਟ ਕ੍ਰੀਏਟ ਕਰ ਲੈਣੇ ਨੇ। ਜਦੋਂ ਸਾਫ਼ ਲੜਾਂ ਵਾਲੀ ਪੱਗ ਬੰਨ੍ਹੀ ਦੀ ਹੈ ਉਸ ਵੇਲੇ ਇਹ ਜਿਹੜਾ ਲੜ ਹੈ ਪਹਿਲਾਂ ਉਹ ਮੋਟਾ ਕਰਕੇ ਲਗਾਈਦਾ, ਪਰ ਜਦੋਂ ਵੱਟਾਂ ਵਾਲੀ ਪੱਗ ਬੰਨ੍ਹੀ ਦੀ ਹੈ ਤਾਂ ਇਸ ਨੂੰ ਬਰੀਕ ਕਰਕੇ ਲਗਾਇਆ ਜਾਂਦਾ ਹੈ। ਇਸ ਜਿਹੜੀ ਪੱਗ ਦੀ ਲੰਬਾਈ ਹੈ ਉਹ 7.5 ਮੀਟਰ ਹੈ ਅਤੇ ਕੱਪੜਾ ਰੂਬੀਆ ਵੈਲ ਦਾ ਹੈ। ਪੱਗ ਜਿਹੜੀ ਬੰਨ੍ਹਣੀ ਹੈ ਜਿਵੇਂ ਪਟਿਆਲਾ ਸ਼ਾਹੀ ਵੱਟਾਂ ਵਾਲੀ ਪੱਗ ਬੰਨ੍ਹਦੇ ਹਾਂ, ਉਸ ਤਰੀਕੇ ਦੇ ਨਾਲ ਇਸ ਨੂੰ ਬੰਨ੍ਹਾਂਗੇ। ਸੱਜੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਲੜ ਮੈਂ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ, ਜਿਵੇਂ ਪੂਣੀ ਸੀ ਉਸ ਨੂੰ ਉਸੇ ਤਰੀਕੇ ਦੇ ਨਾਲ ਉੱਪਰ ਰੱਖ ਦੇਣਾ ਹੈ। ਅਤੇ ਜਿਹੜਾ ਪਿੰਚ ਲਗਾਉਣਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਿੰਚ ਲਗਾਉਣਾ ਹੈ, ਅਤੇ ਲਗਾਉਣਾ ਵੀ ਅੱਖ ਦੇ ਉੱਪਰ ਹੈ, ਸੱਜੀ ਅੱਖ ਦੇ ਉੱਪਰ ਇੱਥੇ ਲੱਗਣਗੇ ਸਾਰੇ ਪਿੰਚ ਸੱਜੀ ਅੱਖ ਦੇ ਉੱਪਰ। ਜਿਹੜਾ ਲਾਸਟ ਲੜ ਹੋਏਗਾ ਸਿਰਫ ਉਹੀ ਨੱਕ ਦੀ ਸਿਹਤ ਆਏਗਾ, ਬਾਕੀ ਸਾਰੇ ਜਿਹੜੇ ਪਿੰਚ ਆ ਉਹ ਇੱਥੇ ਹੀ ਲੱਗਣਗੇ ਸੱਜੀ ਅੱਖ ਦੇ ਉੱਪਰ। ਕਈ ਵੀਰ ਕੀ ਕਰਦੇ ਆ ਕਿ ਪਹਿਲਾ ਪਿੰਚ ਜੋ ਹੈ ਉਹ ਅੱਖ ਦੇ ਉੱਪਰ ਲਗਾ ਕੇ ਬਾਕੀ ਪਿੰਚ ਨੱਕ ਦੀ ਸਿਹਤ 'ਤੇ ਲਗਾਉਂਦੇ ਨੇ, ਉਸ ਦੇ ਨਾਲ ਉਹਨਾਂ ਦੀ ਪੱਗ ਜੋ ਹੈ ਉਹ ਜ਼ਿਆਦਾ ਟਾਈਟ ਹੋ ਜਾਂਦੀ ਹੈ ਅਤੇ ਜਾਂ ਫਿਰ ਜਿਹੜੀ ਹੈ ਛੋਟੀ ਲੱਗਦੀ ਹੈ। ਅਤੇ ਜਿਹੜੇ ਵੀਰ ਅੱਖ ਦੀ ਸਿਹਤ ਦੇ ਉੱਪਰ ਨਹੀਂ ਲਗਾਉਂਦੇ, ਥੋੜ੍ਹਾ ਪਿੱਛੇ ਲਗਾ ਲੈਂਦੇ ਨੇ ਕੰਨ ਦੀ ਸਿਹਤ ਉੱਪਰ, ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਪੱਗ ਹੈ ਥੋੜ੍ਹੀ ਹੋਰ ਉੱਚੀ ਚਲ ਜਾਂਦੀ ਹੈ, ਉਹ ਸ਼ੇਪ ਦੇ ਵਿੱਚ ਨਹੀਂ ਸਹੀ ਲੱਗਦੀ। ਤਾਂ ਤੁਸੀਂ ਦੂਸਰਾ ਲੜ ਦੇਖ ਸਕਦੇ ਹੋ ਕਿ ਸੱਜੀ ਸਾਈਡ ਤੋਂ ਇਹ ਵੀ ਕੰਨ ਦੇ ਉੱਪਰੋਂ ਹੀ ਆਏਗਾ। ਇਸ ਦੀ ਵੀ ਜਿਹੜੀ ਪੂਣੀ ਹੈ ਉਹ ਵੀ ਪੂਰੀ ਨਹੀਂ ਖੁੱਲ੍ਹਣੀ ਅਜੇ। ਦੇਖ ਸਕਦੇ ਹੋ ਕਿ ਦੂਸਰਾ ਪਿੰਚ ਵੀ ਸਾਡਾ ਉੱਥੇ ਹੀ ਲੱਗੇਗਾ, ਉੱਪਰਲੀ ਸਾਈਡ ਤੋਂ ਨਾਲ ਦੇ ਨਾਲ ਜਿਹੜਾ ਲਾੜ ਹੈ ਉਸਨੂੰ ਅੰਦਰ ਨੂੰ ਘੁਮਾਉਂਦੇ ਜਾਣਾ ਹੈ। ਇਸ ਦੇ ਨਾਲ ਜਿਹੜੀ ਪੱਗ ਦੀ ਗੁਲਾਈ ਹੈ ਕਾਇਮ ਰਹੇਗੀ। ਜਿਹੜੇ ਵੱਟ ਪਾਉਣੇ ਨੇ ਖੱਬੀ ਸਾਈਡ 'ਤੇ ਉਹ ਹੱਥਾਂ ਦੇ ਨਾਲ ਹੀ ਪਾਉਣੇ ਨੇ, ਮੱਥੇ ਤੋਂ ਵੀ ਪੱਗ ਨੂੰ ਜਿਹੜਾ ਦੱਬਦੇ ਜਾਣਾ ਨਾਲ ਦੀ ਨਾਲ, ਤਾਂ ਜੋ ਪੱਗ ਦੀ ਸ਼ੇਪ ਜਿਹੜੀ ਹੈ ਉਹ ਮੋਰਨੀ ਪੱਗ ਵਾਂਗੂ ਨਾ ਲੱਗੇ। ਹੁਣ ਤੀਸਰਾ ਲੜ ਲਗਾਵਾਂਗੇ ਸੱਜੀ ਸਾਈਡ ਤੋਂ। ਸੱਜੀ ਸਾਈਡ ਤੋਂ ਜਦੋਂ ਲੜ ਲਗਾਈਦਾ ਹਮੇਸ਼ਾ ਜਿਹੜਾ ਉੱਪਰਲੀ ਸਾਈਡ ਤੋਂ ਪਹਿਲਾਂ ਲੜ ਹੈ ਸੈੱਟ ਕੀਤਾ ਜਾਂਦਾ ਹੈ, ਉਸਦੇ ਬਾਅਦ ਆ ਥੱਲਿਓਂ ਲੜ ਨੂੰ ਸੈੱਟ ਕੀਤਾ ਜਾਂਦਾ ਹੈ। ਅਤੇ ਖੱਬੀ ਸਾਈਡ 'ਤੇ ਜਦੋਂ ਲੜ ਲਗਾਈਦਾ ਹੈ ਹਮੇਸ਼ਾ ਪਹਿਲਾਂ ਥੱਲਿਓਂ ਲੜ ਸੈੱਟ ਕਰੀਦਾ ਹੈ, ਉਸ ਦੇ ਬਾਅਦ ਉੱਪਰੋਂ ਸੈੱਟ ਕਰੀਦਾ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿ ਬਰੀਕ ਜਿਹੜਾ ਹਿੱਸਾ ਹੈ ਉਹ ਫੜਨਾ ਹੈ ਸੱਜੀ ਸਾਈਡ ਤੋਂ। ਇਸ ਨੂੰ ਇਸ ਤਰੀਕੇ ਨਾਲ ਫੜ ਲਿਆ, ਵੱਟ ਆਟੋਮੈਟਿਕਲੀ ਦੇਖੋ ਕਿੰਨੇ ਪੈ ਜਾਂਦੇ ਨੇ ਜੇ ਬਰੀਕ ਲੜ ਥੱਲਿਓਂ ਫੜ ਲਈ ਇਸ ਤਰੀਕੇ ਦੇ ਨਾਲ। ਤਾਂ ਦੇਖੋ ਅੱਖ ਦੇ ਉੱਪਰ ਪਿੰਚ ਲਗਾਉਣਾ ਹੈ ਸੱਜੀ ਸਾਈਡ ਤੋਂ, ਅਜੇ ਵੀ ਕੰਨ ਦੇ ਉੱਪਰ ਹੀ ਪੂਣੀ ਨੂੰ ਰੱਖਣਾ ਹੈ, ਪੂਣੀ ਪੂਰੀ ਤਰ੍ਹਾਂ ਨਹੀਂ ਖੋਲ੍ਹਣੀ ਤੀ 3 ਲੜਾਂ ਤੱਕ। ਖੱਬੀ ਸਾਈਡ 'ਤੇ ਹੱਥ ਦੇ ਨਾਲ ਵੱਟ ਪਾਉਣੇ ਨੇ, ਵੱਟ ਪਏ ਹੋਏ ਨੇ, ਬਸ ਉਹਨਾਂ ਨੂੰ ਉਹਨਾਂ ਦੀ ਜਗ੍ਹਾ 'ਤੇ ਟਿਕਾ ਕੇ ਰੱਖ ਦੇਣਾ ਹੈ। ਉੱਪਰਲੀ ਸਾਈਡ ਤੋਂ ਦੱਬ ਕੇ ਨਾਲ ਦੇ ਨਾਲ ਘੁਮਾਉਂਦੇ ਜਾਣਾ ਹੈ। ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਵੀਡੀਓ ਹੋਰ ਕਿਹੜੇ ਟੋਪਿਕ 'ਤੇ ਤੁਸੀਂ ਚਾਹੁੰਦੇ ਹੋ। ਜੇ ਵੀਡੀਓ ਪਸੰਦ ਆਏਗੀ ਅਖੀਰ ਤੱਕ ਦੇਖਿਓ, ਜੇ ਵੀਡੀਓ ਪਸੰਦ ਆਏਗੀ ਤੁਹਾਨੂੰ ਪੂਰੀ, ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਹੁਣ ਦੇਖ ਸਕਦੇ ਹਾਂ ਕਿ ਚੌਥਾ ਲੜ ਜਿਹੜਾ ਲੱਗੇਗਾ ਇਸ ਦੇ ਵਿੱਚ ਜਿਹੜੀ ਪੂਣੀ ਹੈ ਉਹ ਪ੍ਰੋਪਰਲੀ ਖੋਲ੍ਹੀ ਜਾਵੇਗੀ ਸੱਜੀ ਸਾਈਡ ਤੋਂ। ਫਿਰ ਉਸੇ ਤਰ੍ਹਾਂ ਜਿਹੜਾ ਲੜ ਹੈ ਪਹਿਲਾਂ ਉੱਪਰੋਂ ਸੈੱਟ ਕੀਤਾ ਜਾਵੇਗਾ, ਉਸਦੇ ਬਾਅਦ ਥੱਲਿਓਂ ਇਸ ਦੀ ਲੜ ਦੀ ਸੈਟਿੰਗ ਕੀਤੀ ਜਾਵੇਗੀ। ਇਹ ਦੇਖੋ ਜੀ ਇਸ ਤਰੀਕੇ ਦੇ ਨਾਲ। ਜੇ ਮੇਰੇ ਵੀਰ ਛੋਟੀ ਪੱਗ ਦੀ ਵੀਡੀਓ ਵੀ ਚਾਹੁੰਦੇ ਨੇ, ਜਿਵੇਂ ਕਿ 5.5 ਮੀਟਰ, 6 ਮੀਟਰ ਜਾਂ 5.25 ਮੀਟਰ ਦੀ ਪੱਗ ਦੀ ਵੀਡੀਓ ਵੀ, ਤਾਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਨੇ।
ਜੋ ਬੇਸ ਦੇ ਨਾਲ ਅਤੇ 50 ਦੇ ਨਾਲ ਜਿਹੜੀ ਵੀਡੀਓ ਹੈਗੀਆਂ ਨੇ ਤਰਸੇਮ ਜੱਸਰ ਸਟਾਈਲ, ਉਹ ਵੀਡੀਓ ਦੇ ਅਖੀਰ ਦੇ ਜਿਹੜੇ ਆ ਉਹ ਤੁਹਾਨੂੰ ਮਿਲ ਜਾਣਗੀਆਂ। ਵੀਡੀਓ ਪੂਰੀ ਐਂਡ ਤੱਕ ਦੇਖਿਓ, ਉੱਥੇ ਉਹਨਾਂ ਦਾ ਮੈਂ ਲਿੰਕ ਦਿੱਤਾ ਹੋਇਆ ਵੀਡੀਓ ਦਾ। ਇਹ ਦੇਖੋ ਹੱਥ ਦੇ ਨਾਲ ਅੱਗੋਂ ਦੱਬਣਾ ਮੱਥੇ ਵਾਲੀ ਸਾਈਡ ਤੋਂ, ਅਤੇ ਉੱਪਰਲੀ ਸਾਈਡ ਖੱਬੀ ਤੋਂ ਵੀ ਨਾਲ ਦੀ ਨਾਲ ਪੱਗ ਨੂੰ ਜੋ ਹੈ ਅੰਦਰ ਨੂੰ ਘੁਮਾਉਂਦੇ ਜਾਣਾ ਹੈ। ਪੱਗ ਦੀ ਜਿਹੜੀ ਸ਼ੇਪ ਹੈ ਹੁਣ ਹੀ ਤਿਆਰ ਹੋ ਚੁੱਕੀ ਹੈ, ਦੇਖ ਸਕਦੇ ਹੋ। ਇਹ ਹੁਣ ਲੱਗੇਗਾ ਇੱਧਰਲੀ ਸਾਈਡ ਤੋਂ ਪੰਜਵਾਂ ਲੜ, ਸੱਜੀ ਸਾਈਡ ਤੋਂ ਇਹ ਵੀ ਅੱਖ ਦੇ ਉੱਪਰ ਹੀ ਲੱਗੇਗਾ ਜਿਹੜਾ ਪਿੰਚ ਹੈ ਇਸਦਾ। ਇਹ ਵਾਲਾ ਲੜ ਵੀ ਪੂਰੀ ਤਰ੍ਹਾਂ ਖੋਲ੍ਹ ਕੇ ਲਗਾਈਦਾ ਹੈ। ਦੇਖੋ ਅੱਖ ਤੱਕ ਖੋਲ੍ਹਿਆ, ਉੱਪਰੋਂ ਸੈੱਟ ਕੀਤਾ। ਇਸ ਨੂੰ ਜਿਹੜਾ ਪਿੰਚ ਹੈ ਅੰਗੂਠੇ ਦੇ ਨਾਲ ਥੋੜ੍ਹਾ ਟਵਿਸਟ ਕਰਕੇ ਲਗਾਵਾਂਗੇ ਕਿਉਂਕਿ ਆਖਰੀ ਲੜ ਹੈ। ਇਹ ਦੇਖੋ ਇਸ ਤਰੀਕੇ ਨਾਲ, ਅਤੇ ਵੱਟ ਤੁਸੀਂ ਦੇਖ ਸਕਦੇ ਹੋ ਕਿ ਖੱਬੀ ਸਾਈਡ 'ਤੇ ਵੱਟ ਦਿਖਾਈ ਦੇ ਰਹੇ ਨੇ। ਬਸ ਇੱਥੋਂ ਲੜ ਨੂੰ ਜਿਹੜਾ ਟਿਕਾਉਣਾ ਹੈ ਤਰੀਕੇ ਦੇ ਨਾਲ, ਲੜ ਨੂੰ ਟਿਕਾ ਕੇ ਦੱਬਣਾ ਹੈ ਜ਼ਰੂਰ। ਜੇ ਨਾ ਦੱਬਾਂਗੇ ਤਾਂ ਉਹ ਪੱਗ ਜਿਹੜੀ ਅੱਗੇ ਨੂੰ ਆ ਜਾਏਗੀ ਮੋਰਨੀ ਪੱਗ ਵਾਂਗੂ, ਅਤੇ ਉਹ ਜਿਹੜੀ ਹੈ ਸ਼ੇਪ ਹੈ ਜਿਹੜੀ ਪੱਗ ਦੀ ਉਹ ਸਹੀ ਨਹੀਂ ਲੱਗੇਗੀ। ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੱਟ ਪਏ ਹੋਏ ਨੇ, ਦੱਬਣਾ ਹੈ ਉੱਪਰਲੀ ਪਾਸੇ ਨੂੰ ਸੈੱਟ ਕਰਨਾ ਇਸ ਤਰੀਕੇ ਨਾਲ। ਜਿਨ੍ਹਾਂ ਦੀ ਖੱਬੀ ਸਾਈਡ ਦੀ ਫਲਾਵਟ ਜਿਹੜੀ ਘੱਟ ਰਹਿ ਜਾਂਦੀ ਹੈ ਉਹ ਵੀਡੀਓ ਅਖੀਰ ਤੱਕ ਦੇਖਿਓ, ਅਖੀਰ 'ਤੇ ਜਿਹੜਾ ਮੈਂ ਜਿਹੜੀ ਫਲਾਵਟ ਕਿਸ ਤਰੀਕੇ ਨਾਲ ਲਿਆਉਂਦੀ ਜਾਂਦੀ ਹੈ ਉਹ ਵੀ ਦਿਖਾਉਂਦਾ ਵਾਂ। ਜੇ ਖੱਬੀ ਸਾਈਡ ਦੀ ਫਲਾਵਟ ਵਾਸਤੇ ਹੋਰ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸ ਦੇਣਾ, ਉਹ ਵੀ ਲੈ ਕੇ ਆ ਜਾਵਾਂਗੇ ਆਪਾਂ ਜਲਦੀ ਹੀ। ਹੁਣ ਅਖੀਰਲਾ ਲੜ ਜਿਹੜਾ ਹੈ ਉਹ ਮੱਥੇ ਤੋਂ ਨੱਕ ਦੀ ਸਿਹਤ 'ਤੇ ਲੱਗੇਗਾ। ਆ ਦੇਖਿਓ ਹੁਣ ਇਸ ਤਰੀਕੇ ਨਾਲ, ਇਹ ਸਿੱਧਾ ਹੀ ਲੜ ਲੱਗੇਗਾ ਮੋਰਨੀ ਵਾਂਗੂ, ਨਹੀਂ ਲਗਾਉਣਾ ਇਸ ਨੂੰ ਇਸ ਤਰੀਕੇ ਨਾਲ ਖੋਲ੍ਹ ਕੇ। ਆ ਦੇਖੋ ਮੱਥੇ ਤੋਂ ਨੱਕ ਦੀ ਸਿਹਤ 'ਤੇ ਲਗਾ ਕੇ ਅਤੇ ਇਸ ਨੂੰ ਸਿੱਧਾ ਹੀ ਲਗਾ ਦੇਣਾ ਇਸ ਤਰੀਕੇ ਦੇ ਨਾਲ। ਪੱਗ ਬੱਜ ਕੇ ਤਿਆਰ ਹੋ ਚੁੱਕੀ ਹੈ, ਪਰ ਅਜੇ ਵੀ ਇਸ ਨੂੰ ਜਿਹੜਾ ਹੱਥਾਂ ਦੇ ਨਾਲ ਸੈੱਟ ਕਰਨਾ ਨਾ ਭੁੱਲਿਓ ਪੱਗ ਨੂੰ। ਆ ਦੇਖੋ ਹੁਣ ਜਿਹੜਾ ਇਸ ਨੂੰ ਜਿਹੜੀ ਸ਼ੇਪ ਹੈ ਪੱਗ ਦੀ ਉਹ ਹੱਥਾਂ ਦੇ ਨਾਲ ਤਿਆਰ ਕਰਾਂਗੇ ਇਸ ਤਰੀਕੇ ਨਾਲ, ਹੱਥ ਪਾ ਕੇ ਵਿੱਚ। ਆ ਦੇਖੋ ਫਲਾਵਟ ਹੈ ਜਿਹੜੀ ਪੱਗ ਦੀ ਤਿਆਰ ਕੀਤੀ ਜਾ ਰਹੀ ਹੈ। ਇਸ ਟੋਪਿਕ ਉੱਤੇ ਮੈਂ ਇੱਕ ਅਲੱਗ ਤੋਂ ਵੀਡੀਓ ਲੈ ਕੇ ਆਵਾਂਗਾ ਪੂਰੀ, ਉਸ ਦੇ ਵਿੱਚ ਤੁਹਾਨੂੰ ਡੀਪਲੀ ਸਮਝਾਵਾਂਗਾ ਕਿ ਇਸ ਨੂੰ ਜਿਹੜੀ ਫਲਾਵਟ ਹੈ ਕਿਸ ਤਰੀਕੇ ਨਾਲ ਦਿੱਤੀ ਜਾਂਦੀ ਹੈ। ਜੇ ਤੁਹਾਡਾ ਬੇਸ ਨਿੱਕਾ ਹੈ ਜਾਂ ਬੇਸ ਨਹੀਂ ਵੀ ਬਣਿਆ ਉਸ ਦੇ ਬਾਵਜੂਦ ਵੀ, ਹੁਣ ਜਿਹੜਾ ਸਿਰ ਹੈ ਉਹ ਕੱਜਾਂਗੇ ਆਪਾਂ। ਜਿਹੜਾ ਇਹ ਸਿਰ ਕੱਜਣ ਵਾਲਾ ਲੜ ਹੈ, ਕਈ ਵੀਰੇ ਕੀ ਕਰਦੇ ਨੇ ਜਦੋਂ ਪਿੱਛੋਂ ਇਸ ਨੂੰ ਖਿੱਚਦੇ ਨੇ ਤਾਂ ਜ਼ੋਰ ਦੀ ਖਿੱਚ ਲੈਂਦੇ ਨੇ, ਉਸ ਦੇ ਨਾਲ ਉਹਨਾਂ ਦੀ ਅਗਲੀ ਸਾਈਡ ਤੋਂ ਪੱਗ ਚੱਕੀ ਜਾਂਦੀ ਹੈ ਮੱਥੇ ਵਾਲੀ ਸਾਈਡ ਤੋਂ। ਜੇ ਉਹਨਾਂ ਨੇ ਥੱਲੇ ਬੇਸ ਬੰਨਿਆ ਹੈ ਤਾਂ ਉਸਦਾ ਉਹਨਾਂ ਦਾ ਜਿਹੜਾ ਬੇਸ ਹੈ ਉਹ ਵੀ ਹਿੱਲ ਜਾਂਦਾ ਹੈ, ਅਤੇ ਬੇਸ ਹਿੱਲਣ ਦੇ ਨਾਲ ਕੀ ਹੁੰਦਾ ਹੈ ਬੇਸ ਜਿਹੜਾ ਟਾਈਟ ਹੋ ਜਾਂਦਾ ਹੈ ਜ਼ਿਆਦਾ, ਤਾਂ ਉਹ ਫਿਰ ਸਾਰਾ ਦਿਨ ਉਹਨਾਂ ਨੂੰ ਜਿਹੜੀ ਸਿਰ ਦਰਦ ਰਹਿੰਦੀ ਹੈ। ਸੋ ਇਸ ਕਰਕੇ ਇਸਨੂੰ ਜ਼ਿਆਦਾ ਜ਼ੋਰ ਨਾਲ ਨਾ ਖਿੱਚਿਆ ਕਰੋ। ਮੈਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਏਗੀ, ਵਧੀਆ ਲੱਗੀ ਹੈ ਤਾਂ ਲਾਈਕ ਅਤੇ ਕਮੈਂਟ ਜ਼ਰੂਰ ਕਰ ਦਿਓ ਵੀਰੇ। ਅਤੇ ਜਿਹੜੇ ਵੀਰਾਂ ਨੂੰ ਪੱਗਾਂ ਬੰਨ੍ਹਣ ਦਾ ਸ਼ੌਂਕ ਹੈ ਜਾਂ ਛੋਟੀ ਉਮਰਾਂ ਦੇ ਵਿੱਚ ਸ਼ੌਂਕ ਪਾਲ ਲੈਂਦੇ ਪੱਗਾਂ ਬੰਨ੍ਹਣ ਦਾ, ਉਹਨਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਹੋਰ ਵੀਡੀਓ ਕਿਹੜੇ ਟੋਪਿਕ 'ਤੇ ਬਣਾ ਕੇ ਲਈਏ ਆਪਾਂ। ਲਓ ਜੀ ਰੱਬ ਦੀ ਮਿਹਰ ਨਾਲ ਪੱਗ ਜਿਹੜੀ ਹੈ ਵਧੀਆ ਵੱਜ ਗਈ ਹੈ। ਆਹ ਦੇਖੋ ਜਿਹੜੀ ਫਲਾਵਟ ਘੱਟ ਦਿਖਾਈ ਦੇ ਰਹੀ ਹੈ ਉਸਨੂੰ ਇਸ ਤਰੀਕੇ ਨਾਲ ਵੀ ਪਾਇਆ ਜਾ ਸਕਦਾ ਹੈ, ਅੰਗੂਠਾ ਅੰਦਰ ਪਾ ਕੇ ਦੱਬ ਕੇ ਇਸ ਤਰੀਕੇ ਨਾਲ ਅੰਗੂਠਾ ਅੰਦਰੋਂ ਪਾਇਆ, ਉਂਗਲਾਂ ਦੇ ਨਾਲ ਬਾਹਰੋਂ ਵੀ ਪ੍ਰੈਸ ਕਰਨਾ ਅੰਦਰੋਂ ਵੀ ਪ੍ਰੈਸ ਕਰਨਾ, ਜਿਹੜੀ ਗੋਲ ਹੈ ਸ਼ੇਪ ਪੱਗ ਉਹ ਇਸ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ। ਲਓ ਜੀ ਪੱਗ ਵੱਜ ਕੇ ਤਿਆਰ।